ਬਠਿੰਡਾ ਪੁਲਿਸ ਵੱਲੋਂ ਅੱਜ ਹਾਈ ਸਕਿਉਰਟੀ ਨੰਬਰ ਪਲੇਟਾਂ ਨੂੰ ਲੈ ਕੇ ਚਲਾਨ ਕੱਟਣੇ ਕੀਤੇ ਸ਼ੁਰੂ ਦਿੱਤੀ ਗਈ ਸੀ 30 ਤਰੀਕ ਡੈਡਲਾਈਨ ਮਾਨਯੋਗ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਹਰ ਇੱਕ ਵਹੀਕਲ ਦੇ ਉੱਤੇ ਹਾਈ ਸਕਿਉਰਟੀ ਨੰਬਰ ਪਲੇਟਾਂ ਲਾਉਣੀਆਂ ਜ਼ਰੂਰੀ ਕੀਤੀਆਂ ਗਈਆਂ ਸਨ ਜਿਸ ਨੂੰ ਲੈ ਕੇ ਬਠਿੰਡਾ ਟ੍ਰੈਫਿਕ ਪੁਲਿਸ ਵੱਲੋਂ 30 ਤਰੀਕ ਇਹਨਾਂ ਵੱਲੋਂ ਡੈਡਲਾਈਨ ਦਿੱਤੀ ਗਈ ਸੀ ਅਤੇ ਅੱਜ ਉਹਨਾਂ ਵੱਲੋਂ ਬਠਿੰਡਾ ਦੇ ਹਨੂੰਮਾਨ ਚੌਂਕ ਵਿਖੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ ਦੇਖ ਰਹੇ ਹੋ ਤਸਵੀਰਾਂ ਜਿਹੜੇ ਵਿਅਕਤੀ ਦੇ ਹਾਈ ਸਕਿਉਰਟੀ ਨੰਬਰ ਪਲੇਟ ਨਹੀਂ ਲੱਗੀ ਉਹਨਾਂ ਦੀਆਂ ਅੱਜ ਇਹਨਾਂ ਵੱਲੋਂ ਇੱਥੇ ਗੱਡੀਆਂ ਰੋਕੇ ਇੱਥੇ ਜਾ ਰਹੀਆਂ ਹਨ ਅਤੇ ਉਹਨਾਂ ਦੇ ਚਲਾਨ ਕੱਟਣੇ ਇਹਨਾਂ ਵੱਲੋਂ ਸ਼ੁਰੂ ਕਰ ਦਿੱਤੇ ਹਨ ਮੈਂ ਇੰਸਪੈਕਟਰ ਗੁਰਮੀਤ ਸਿੰਘ ਇੰਚਾਰਜ ਟ੍ਰੈਫਿਕ ਪੁਲਿਸ ਬਠਿੰਡਾ ਪੰਜਾਬ ਸਰਕਾਰ ਵੱਲੋਂ ਜਿਹੜੇ ਹਾਈ ਸਕਿਉਰਟੀ ਨੰਬਰ ਪਲੇਟ ਸੀਗੀ ਉਹ 30 ਜੂਨ ਤੱਕ ਦਾ ਸਮਾਂ ਸੀਗਾ ਅਤੇ ਉਹ 30 ਜੂਨ ਤੱਕ ਦਾ ਸਮਾਂ ਲੰਘ ਗਿਆ ਹੈਗਾ ਹੁਣ ਸ਼ਹਿਰ ਵਿੱਚ ਔਨ ਰੋਡ ਜਿਹੜੇ ਕੋਈ ਬਿਨਾਂ ਅਧਾਰਤ ਨੰਬਰ ਪਲੇਟ 'ਤੇ ਵਹੀਕਲ ਚੱਲ ਰਹੇ ਹੈਗੇ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਆ ਮੋਟਰ ਵਹੀਕਲ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾ ਰਹੀ ਹੈਗੀ ਅੱਜ ਟੋਟਲ ਹਨੂੰਮਾਨ ਚੌਂਕ ਵਿੱਚ ਫਿਰ ਪਹਿਲਾਂ ਸੁਬਹਾ 7-8 ਚਲਾਨ ਕੱਟੇ ਸੀਗੇ ਵੱਖ ਵੱਖ ਥਾਵਾਂ 'ਤੇ 10 ਥਾਂ 'ਤੇ ਅਲੱਗ ਅਲੱਗ ਟ੍ਰੈਫਿਕ ਪੁਲਿਸ ਦੀਆਂ ਪਾਰਟੀਆਂ ਚੈਕਿੰਗ ਕਰ ਰਹੀਆਂ ਹੈਗੀਆਂ ਉਹਨਾਂ ਤੋਂ ਹਜੇ ਡਿਟੇਲ ਇਕੱਠੀ ਨਹੀਂ ਕੀਤੀ ਵੀ ਕਿੰਨੇ ਚਲਾਨ ਕੀਤੇ ਹੈ ਹਾਂ ਜਿਹਨਾਂ ਕੋਲ ਅਪਲਾਈ ਦੀ ਰਸੀਦ ਹੈਗੀ ਉਹਨਾਂ ਦੇ ਚਲਾਨ ਨਹੀਂ ਹੋਣਗੇ ਉਹਨਾਂ ਨੂੰ ਕਿਉਂਕਿ ਜਿੱਥੇ ਨੰਬਰ ਪਲੇਟਾਂ ਬਣਾਉਂਦੇ ਆ ਉਹਨਾਂ ਦੇ ਕੋਈ ਆ ਜਾਂਦੀ ਹੈ ਕਈ ਵਾਰ ਨੰਬਰ ਪਲੇਟ ਕੋਈ ਦਿਨ ਲੇਟ ਮਿਲਦੀ ਹੈਗੀ ਉਹਨਾਂ ਨੂੰ ਉਸ ਤੱਕ ਰਾਹਤ ਹੈਗੀ ਉਹ ਜਿਹਨਾਂ ਕੋਲ ਰਸੀਦ ਹੈਗੀ ਹੈਗੀ ਅਪਲਾਈ ਕੀਤੇ ਜਿਹੜੀਆਂ ਰਕਸ਼ਾ ਨੰਬਰ ਪਲੇਟ ਨੇ ਜਿਹਨਾਂ ਦੇ ਕੋਈ ਨੰਬਰ ਨਹੀਂ ਹੋਊਗਾ ਉਹਨਾਂ ਦੇ ਵੀ ਕਾਰਵਾਈ ਹੋਊਗੀ ਉਸ ਖਿਲਾਫ਼ ਮੋਟਰ ਵੀ ਕਲੈਕਟ ਹੈ ਉਹਨਾਂ ਦੇ ਵੀ ਖਿਲਾਫ਼ ਕਾਰਵਾਈ ਹੋਊਗੀ ਮੈਂ ਸ਼ਹਿਰ ਵਾਸੀਆਂ ਨੂੰ ਇੱਕ ਇਹ ਅਪੀਲ ਕਰਨਾ ਚਾਹੁੰਦਾ ਹੈ ਕਿ ਜਿਹੜੇ ਕਿਸੇ ਵਿਅਕਤੀ ਨੇ ਕੋਈ ਆਪਦੀ ਹਾਈ ਸਕਿਉਰਟੀ ਨੰਬਰ ਪਲੇਟ ਨਹੀਂ ਲਵਾਈ ਆਪਦੇ ਵਹੀਕਲ 'ਤੇ ਉਹ ਨੰਬਰ ਲਵਾ ਲੈਣ ਇਸ ਨਾਲ ਉਹਨਾਂ ਦੇ ਵਹੀਕਲ ਬਹੁਤ ਹੱਦ ਤੱਕ ਸੇਫ ਹੋ ਜਾਣਗੇ ਕਿਉਂਕਿ ਨਾ ਹਾਈ ਸਕਿਉਰਟੀ ਨੰਬਰ ਪਲੇਟ ਵਿੱਚ ਇੱਕ ਇਹੋ ਜਿਹਾ ਕਿਊ ਆਰ ਕੋਡ ਲੱਗਿਆ ਜਿਸ ਵਿੱਚ ਪ੍ਰੋਪਰ ਜਿਹੜੀ ਵੀ ਗੱਡੀ ਹੁੰਦੀ ਆ ਉਹਦੀ ਡਿਟੇਲ ਮਾਡਲ ਮਾਲਕ ਦਾ ਨਾਮ ਕਿਊ ਆਰ ਕੋਡ 'ਤੇ ਸਕੈਨ ਕਰਨ 'ਤੇ ਪਤਾ ਲੱਗ ਜਾਂਦਾ ਹੈ ਪੱਕੀ ਚੱਲੂਗੀ ਜੀ ਕਿੰਨਾ ਚਿਰ ਨਹੀਂ ਪੱਕੀ ਚੱਲੂਗੀ ਸਰਕਾਰ ਦੀ ਹਦਾਇਤ ਹੈ ਕਿ ਪੱਕੀ ਚੱਲੂਗੀ ਜਦ ਤੇ ਸਰਕਾਰ ਨੇ ਇਹਨੂੰ ਇਸ ਤਰੀਕੇ ਰੋਕਦੀ ਹਾਂ ਜਿਹਨਾਂ ਕੋਲ ਅਪਲਾਈ ਦੀ ਰਸੀਦ ਹੈਗੀ ਉਹਨਾਂ ਦੇ ਚਲਾਨ ਨਹੀਂ ਹੋਣਗੇ ਉਹਨਾਂ ਨੂੰ ਕਿਉਂਕਿ ਜਿੱਥੇ ਨੰਬਰ ਪਲੇਟਾਂ ਬਣਾਉਂਦੇ ਆ ਉਹਨਾਂ ਦੇ ਕੋਈ ਆ ਜਾਂਦੀ ਹੈ ਕਈ ਵਾਰ ਨੰਬਰ ਪਲੇਟ ਕੋਈ ਦਿਨ ਲੇਟ ਮਿਲਦੀ ਹੈਗੀ ਉਹਨਾਂ ਨੂੰ ਉਸ ਤੱਕ ਰਾਹਤ ਹੈਗੀ ਉਹ ਜਿਹਨਾਂ ਕੋਲ ਰਸੀਦ ਹੈਗੀ ਹੈਗੀ ਅਪਲਾਈ ਕੀਤੇ ਜਿਹੜੀਆਂ ਰਕਸ਼ਾ ਨੰਬਰ ਪਲੇਟ ਨੇ ਜਿਹਨਾਂ ਦੇ ਕੋਈ ਨੰਬਰ ਨਹੀਂ ਹੋਊਗਾ ਉਹਨਾਂ ਦੇ ਵੀ ਕਾਰਵਾਈ ਹੋਊਗੀ ਉਸ ਖਿਲਾਫ਼ ਮੋਟਰ ਵੀ ਕਲੈਕਟ ਹੈ ਉਹਨਾਂ ਦੇ ਵੀ ਖਿਲਾਫ਼ ਕਾਰਵਾਈ ਹੋਊਗੀ ਮੈਂ ਸ਼ਹਿਰ ਵਾਸੀਆਂ ਨੂੰ ਇੱਕ ਇਹ ਅਪੀਲ ਕਰਨਾ ਚਾਹੁੰਦਾ ਹੈ ਕਿ ਜਿਹੜੇ ਕਿਸੇ ਵਿਅਕਤੀ ਨੇ ਕੋਈ ਆਪਦੀ ਹਾਈ ਸਕਿਉਰਟੀ ਨੰਬਰ ਪਲੇਟ ਨਹੀਂ ਲਵਾਈ ਆਪਦੇ ਵਹੀਕਲ 'ਤੇ ਉਹ ਨੰਬਰ ਲਵਾ ਲੈਣ ਇਸ ਨਾਲ ਉਹਨਾਂ ਦੇ ਵਹੀਕਲ ਬਹੁਤ ਹੱਦ ਤੱਕ ਸੇਫ ਹੋ ਜਾਣਗੇ ਕਿਉਂਕਿ ਨਾ ਹਾਈ ਸਕਿਉਰਟੀ ਨੰਬਰ ਪਲੇਟ ਵਿੱਚ ਇੱਕ ਇਹੋ ਜਿਹਾ ਕਿਊ ਆਰ ਕੋਡ ਲੱਗਿਆ ਜਿਸ ਵਿੱਚ ਪ੍ਰੋਪਰ ਜਿਹੜੀ ਵੀ ਗੱਡੀ ਹੁੰਦੀ ਆ ਉਹਦੀ ਡਿਟੇਲ ਮਾਡਲ ਮਾਲਕ ਦਾ ਨਾਮ ਕਿਊ ਆਰ ਕੋਡ 'ਤੇ ਸਕੈਨ ਕਰਨ 'ਤੇ ਪਤਾ ਲੱਗ ਜਾਂਦਾ ਹੈ ਪੱਕੀ ਚੱਲੂਗੀ ਜੀ ਕਿੰਨਾ ਚਿਰ ਨਹੀਂ ਪੱਕੀ ਚੱਲੂਗੀ ਸਰਕਾਰ ਦੀ ਹਦਾਇਤ ਹੈ ਕਿ ਪੱਕੀ ਚੱਲੂਗੀ ਜਦ ਤੇ ਸਰਕਾਰ ਨੇ ਇਹਨੂੰ ਇਸ ਤਰੀਕੇ ਰੋਕਦੀ